ਅਸਲਾਮੁਅਲੈਕਮ ਭਾਈ ਯਾਰ, ਇਹ ਵੇਖੋ ਰੱਬ ਦਾ ਨਾਮ ਮੰਨੋ। ਅਗਰ ਤੁਸੀਂ ਆਪਣੀਆਂ ਫਸਲਾਂ ਬਚਾਉਣਾ ਚਾਹੁੰਦੇ ਜੇ ਨਾ ਇਸ ਮੁਸੀਬਤ ਤੋਂ, ਇਹ ਵੇਖ ਲਓ, ਠੀਕ ਹੈ ਨਾ, ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਾਂ ਇਸ ਵੀਡੀਓ ਨੂੰ ਕਿਸੇ ਤਰੀਕੇ ਵਜ਼ੀਰ ਆਜ਼ਮ ਕੋਲ ਪਹੁੰਚਾ ਦਿਓ, ਤੁਹਾਡੀ ਮਿਹਰਬਾਨੀ ਹੋਵੇਗੀ। ਫਸਲਾਂ ਖਰਾਬ ਹੋ ਗਈਆਂ, ਪੈਲੀਆਂ ਦੀਆਂ ਪੈਲੀਆਂ, ਏਕੜ ਦੇ ਏਕੜ, ਕਿਲੋਮੀਟਰਾਂ ਦੇ ਹਿਸਾਬ ਨਾਲ ਖਰਾਬ ਹੋ ਗਏ, ਖਾ ਗਈਆਂ ਆ ਜਿਹੜੀਆਂ ਆ ਚਿੜੀਆਂ ਜੀਆਂ ਟਿੱਡੀਆਂ ਜੀਆਂ ਖਾ ਗਈਆਂ ਜੇ, ਕੁਛ ਨਹੀਂ ਬਚਿਆ, ਸਾਡਾ ਪਿੰਡ ਵੇਲਾ ਹੋ ਗਿਆ, ਸਾਰੇ ਪਿੰਡ ਦੀਆਂ ਫਸਲਾਂ ਜਿਹੜੀਆਂ ਨੇ ਨਾ ਇਹਨਾਂ ਤਬਾਹ ਕਰ ਦਿੱਤੀਆਂ। ਇਹ ਵੇਖੋ, ਇਹ ਵੇਖੋ ਯਾਰ, ਇਹ ਵੇਖੋ, ਕੋਈ ਤਰਸ ਕਰੋ, ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਸਹੀ ਥਾਂ ਤੇ ਪਹੁੰਚ ਜਾਵੇ। ਤੇ ਯਕੀਨ ਜਾਣੋ, ਮੈਨੂੰ ਪ੍ਰਮੋਸ਼ਨ ਦਾ ਚੱਕਰ ਨਹੀਂ ਹੈਗਾ ਜੇ ਮੇਰੇ ਕੋਲ, ਮੇਰਾ ਏਡੇ ਏਡੇ ਵੱਡੇ ਚੈਨਲ ਹੈ ਜਿਹਨਾਂ ਮੈਨੂੰ ਚੰਗੇ ਪਹਿਲੇ ਪੈਸੇ ਆਉਂਦੇ, ਕਮਾਈ ਆਉਂਦੀ, ਮੈਂ ਆਪਣੀ ਪ੍ਰਮੋਸ਼ਨ ਵਾਸਤੇ ਨਹੀਂ ਜੇ ਤੁਹਾਡੇ ਤਰਲੇ ਕਰਦਾ, ਮੈਂ ਤੁਹਾਡੇ ਵਾਸਤੇ ਕਰਨ ਡਿਆ। ਜੇ ਇਹ ਸਾਡੇ ਗਰੀਬ ਮਜ਼ਦੂਰ ਕਿਸਾਨ ਜਿਹੜੇ ਨੇ ਇਹ ਨਾ ਕਮਾਉਣਗੇ ਤੇ ਤੁਸੀਂ ਕਿੱਥੋਂ ਖਾਓਗੇ, ਹੈ? ਤੇ ਆਪਣੇ ਆਪ ਨੂੰ ਬਚਾਉਣ ਵਾਸਤੇ ਨਾ ਇਹ ਵੀਡੀਓ ਸ਼ੇਅਰ ਕਰ ਦਿਓ। ਹੈਲੋ, ਹੈਲੋ ਬਾਈ, ਇਹ ਮੈਂ ਉਡਾ ਰਿਹਾ ਤੁਹਾਨੂੰ ਵਿਖਾ ਵਿਖਾ ਕੇ, ਤੇ ਉੱਡਦੀਆਂ ਕੋਈ ਨੀ ਜੇ, ਇੱਥੋਂ ਉੱਡ ਕੇ ਨਾਲ ਦੇ ਬੂਟੇ ਤੇ ਬਹਿ ਜਾਂਦੀਆਂ ਨੇ, ਵਣ ਵੇਲੇ ਹੋ ਗਏ ਨੇ। ਹੈਲੋ, ਮਤਾ ਆਖੋ ਵੀ ਇਹ ਕਿਤੇ ਡਰਾਮੇ ਕਰਦੇ ਪਏ ਨੇ। ਇਹ ਡਰਾਮਾ ਬੰਦਾ ਉਹ ਕਰੇਗਾ ਜਿਹਨੂੰ ਇਹਦੀ ਸਮਝ ਨਹੀਂ ਆ ਰਹੀ, ਜਿਹੜਾ ਕਹਿ ਰਿਹਾ ਨਾ ਹੋ ਇਹ ਤੇ ਇੱਦਾਂ ਹੀ ਲੱਗਿਆ, ਉਹ ਬੰਦਾ ਹੀ ਡਰਾਮੇ ਕਰਦਾ ਜੇ ਸਮਝ ਆਈ ਨਾ। ਹੈਲੋ, ਮੈਂ ਥੱਕ ਗਿਆ ਉਡਾ ਉਡਾ ਕੇ। ਹੈਲੋ, ਤੇ ਮੈਂ ਇਹੀ ਪੈਗਾਮ ਦੇਣਾ ਸੀ, ਹੁਣ ਮੇਰੀ ਹੋ ਗਈ ਜੇ ਬਸ, ਤੇ ਮੈਂ ਕੈਮਰਾ ਬੰਦ ਕਰਨ ਲੱਗਾ ਜੇ, ਦਿਲ ਕਰਦਾ ਤੇ ਸ਼ੇਅਰ ਕਰ ਦਿਓ, ਨਹੀਂ ਕਰਦਾ ਤੇ ਡਿਲੀਟ ਕਰ ਦਿਓ ਯਾਰ।